Hello my dear friends, my name is Gurpreet Singh Bhangu and in this video we are going to learn about some basics of English. Before learning sentences, first of all we need to look at some basic terms that are used in English. ਜਿਵੇਂ ਕਿ ਅਸੀਂ ਇੰਗਲਿਸ਼ ਸਟਾਰਟ ਕਰਦੇ ਹਾਂ ਜਦੋਂ ਲਰਨ ਕਰਨਾ ਸਾਨੂੰ ਐਲਫਾਬੈਟਸ ਸਿਖਾਏ ਜਾਂਦੇ ਨੇ ਵੀ ਤਾਂ ਕਿ ਅਸੀਂ ਉਹਨਾਂ ਨਾਲ ਐਲਫਾਬੈਟਸ ਦੇ ਨਾਲ ਇੰਟਰੋਡਿਊਸ ਹੋ ਜਾਈਏ ਔਰ ਉਹਨਾਂ ਤੋਂ ਵਰਡਸ ਫੋਰਮ ਕਰੀਏ ਐਂਡ ਦੈਨ ਸੈਂਟੈਂਸਿਸ ਫੋਰਮ ਕਰੀਏ ਫਰੋਮ ਇਨ ਦਾ ਸਿਮੀਲਰ ਮੈਨਰ ਆਈ ਵਿਲ ਟੀਚ ਯੂ ਸੋ ਏ ਬੀ ਸੀ ਦੀਜ਼ ਆਰ ਕਾਲਡ ਐਲਫਾਬੈਟਸ ਹੁਣ ਜਦੋਂ ਅਸੀਂ ਐਲਫਾਬੈਟਸ ਨੂੰ ਇਸ ਤਰੀਕੇ ਨਾਲ ਸ਼ਫਲ ਕਰਦੇ ਹਾਂ ਵੀ ਉਹਨਾਂ ਦਾ ਕੋਈ ਨਾ ਕੋਈ ਮੀਨਿੰਗ ਨਿਕਲ ਕੇ ਆਵੇ ਤਾਂ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਦੋਜ਼ ਆਰ ਕਾਲਡ ਵਰਡਸ ਯੈਸ ਵਰਡ ਫੋਰ ਐਗਜ਼ਾਮਪਲ ਲੈਪਟਾਪ ਕਿਸੇ ਵੀ ਥਿੰਗ ਨੂੰ ਡਿਸਕ੍ਰਾਈਬ ਕਰਨ ਦੇ ਲਈ ਇੰਗਲਿਸ਼ ਦੇ ਵਿੱਚ ਉਹਦਾ ਕੋਈ ਨਾ ਕੋਈ ਨਾਮ ਹੁੰਦਾ ਹੈ ਔਰ ਉਸਨੂੰ ਅਸੀਂ ਕਹਿ ਦਿੰਦੇ ਹਾਂ ਵਰਡ ਜਿਵੇਂ ਫੋਰ ਬੇਸਿਕਲੀ ਲੈਪਟਾਪ ਲੈਪਟਾਪ ਬੇਸਿਕਲੀ ਹੈ ਕਿ ਇਟ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ ਔਰ ਉਸ ਇਲੈਕਟ੍ਰੋਨਿਕ ਡਿਵਾਈਸ ਨੂੰ ਅਸੀਂ ਕੀ ਕਹਿੰਦੇ ਹਾਂ ਲੈਪਟਾਪ ਸੋ ਸਾਡੇ ਕੋਲ ਉਸ ਥਿੰਗ ਨੂੰ ਡਿਸਕ੍ਰਾਈਬ ਕਰਨ ਦੇ ਲਈ ਵਰਡਸ ਹੈਗਾ ਜਿੰਨੇ ਜ਼ਿਆਦਾ ਸਾਡੇ ਕੋਲ ਵਰਡਸ ਹੋਣਗੇ ਇਟ ਮੀਨਸ ਉਨੀ ਰਿਚ ਸਾਡੀ ਵੋਕੈਬਲਰੀ ਹੈ ਹੁਣ ਵਰਡਸ ਨੂੰ ਅਸੀਂ ਇਸ ਤਰੀਕੇ ਨਾਲ ਔਰਗਨਾਈਜ਼ ਕਰਦੇ ਹਾਂ ਆਪਣਾ ਮੈਸੇਜ ਕਨਵੇ ਕਰਨ ਦੇ ਲਈ ਤਾਂ ਕਿ ਕਲੀਅਰ ਮੈਸੇਜ ਸਾਹਮਣੇ ਵਾਲੇ ਨੂੰ ਕਨਵੇ ਹੋ ਜਾਵੇ ਫੋਰ ਐਗਜ਼ਾਮਪਲ ਜਿਵੇਂ ਅ ਬਿਊਟੀਫੁਲ ਲੈਪਟਾਪ ਹੁਣ ਇਹਦੇ ਵਿੱਚ ਤਿੰਨ ਵਰਡਸ ਨੇ ਔਰ ਇਸ ਨੂੰ ਇਸ ਤਰੀਕੇ ਨਾਲ ਔਰਗਨਾਈਜ਼ ਕੀਤਾ ਗਿਆ ਵੀ ਆਪਣਾ ਇਹ ਮੀਨਿੰਗ ਕਨਵੇ ਕਰਦੇ ਬਟ ਮਾਈਂਡ ਇਟ ਇਟ ਇਜ਼ ਨੋਟ ਅ ਸੈਂਟੈਂਸ ਕਿਉਂ ਨਹੀਂ ਸੈਂਟੈਂਸ ਹੈਗਾ ਲੈਟਸ ਮੂਵ ਫੋਰਵਰਡ ਸੋ ਆਈ ਹੈਵ ਅ ਬਿਊਟੀਫੁਲ ਲੈਪਟਾਪ ਆਈ ਹੈਵ ਅ ਬਿਊਟੀਫੁਲ ਲੈਪਟਾਪ ਸੋ ਦਿਸ ਇਜ਼ ਕਾਲਡ ਸੈਂਟੈਂਸ ਹੁਣ ਦੋਨਾਂ ਦੇ ਵਿੱਚ ਸਾਨੂੰ ਇਹ ਕਨਫਿਊਜ਼ਨ ਹੈ ਵੀ ਦਿਸ ਇਜ਼ ਆਲਸੋ ਗਰੁੱਪ ਆਫ ਵਰਡ ਦਿਸ ਇਜ਼ ਆਲਸੋ ਅ ਗਰੁੱਪ ਆਫ ਵਰਡ ਵਾਈ ਆਈ ਕਾਲਡ ਇਟ ਅ ਸੈਂਟੈਂਸ ਸੋ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਵੀ ਇੱਕ ਸੈਂਟੈਂਸ ਦੇ ਵਿੱਚ ਇੱਕ ਸਬਜੈਕਟ ਆਏ ਔਰ ਇੱਕ ਵਰਕ ਦੈਟ ਇਜ਼ ਹੈਵ ਇਹ ਹੋਣੇ ਬਹੁਤ ਜ਼ਰੂਰੀ ਨੇ ਜਿਹਦੇ ਬਾਰੇ ਵੀ ਅਸੀਂ ਗੱਲ ਕਰਦੇ ਹਾਂ ਉਸ ਦਾ ਹੋਣਾ ਸਾਡੇ ਸੈਂਟੈਂਸ ਦੇ ਵਿੱਚ ਜ਼ਰੂਰੀ ਆ ਔਰ ਪਹਿਲੀ ਥਿੰਗ ਹੈ ਜਿਹੜੀ ਅਸੀਂ ਆਪਣੇ ਸੈਂਟੈਂਸ ਦੇ ਵਿੱਚ ਪੁੱਟ ਕਰਦੇ ਹਾਂ ਸੋ ਬੇਸਿਕਲੀ ਹੁਣ ਅਸੀਂ ਅੰਡਰਸਟੈਂਡ ਕੀਤਾ ਵੀ ਯੈਸ ਬੇਸਿਕ ਟਰਮਸ ਕੀ ਨੇ ਐਲਫਾਬੈਟਸ ਨੇ ਐਲਫਾਬੈਟਸ ਤੋਂ ਵਰਡਸ ਬਣਦੇ ਨੇ ਵਰਡਸ ਤੋਂ ਸੈਂਟੈਂਸ ਬਣਦੇ ਨੇ ਹੁਣ ਸਾਨੂੰ ਲਰਨ ਕਰਨ ਦੀ ਕੀ ਜ਼ਰੂਰਤ ਹੈ ਡੈਟ ਇਜ਼ ਸੈਂਟੈਂਸਿਸ ਔਰ ਬੇਸਿਕਲੀ ਦਿਸ ਇਜ਼ ਅ ਵੈਰੀ ਬੇਸਿਕ ਸਟਰਕਚਰ ਬੱਚੇ ਜਿਹੜੇ ਜਿਸ ਨੂੰ ਇਗਨੋਰ ਕਰਦੇ ਨੇ ਔਰ ਦੇ ਫਾਈਂਡ ਡਿਫੀਕਲਟੀਜ਼ ਇਨ ਲਰਨਿੰਗ ਸੈਂਟੈਂਸਿਸ ਫੋਰ ਐਗਜ਼ਾਮਪਲ ਸਬਜੈਕਟ ਪਲੱਸ ਵਰਬ ਪਲੱਸ ਸਬਜੈਕਟ ਇਹ ਤਿੰਨ ਚੀਜ਼ਾਂ ਸੈਂਟੈਂਸ ਦੇ ਵਿੱਚ ਹੋਣੀਆਂ ਜ਼ਰੂਰੀ ਨੇ ਔਰ ਤਿੰਨ ਦੇ ਨਾਲੋਂ ਵੀ ਇਹ ਦੋ ਚੀਜ਼ਾਂ ਸਬਜੈਕਟ ਪਲੱਸ ਵਰਬ ਇਹਨਾਂ ਬਾਰੇ ਸਾਨੂੰ ਨੌਲੇਜ ਹੋਣੀ ਜ਼ਰੂਰੀ ਹੈ ਵੀ ਵਟ ਇਜ਼ ਸਬਜੈਕਟ ਔਰ ਵਟ ਇਜ਼ ਅ ਵਰਬ ਸੋ ਇਹਨਾਂ 'ਤੇ ਆਪਾਂ ਸਿੰਗਲ ਸਿੰਗਲ ਕਰਕੇ ਇਹਨਾਂ 'ਤੇ ਦੇਖਾਂਗੇ ਵੀ ਸਬਜੈਕਟ ਕੀ ਹੈ ਬੇਸ ਹੁਣ ਆਪਾਂ ਦੇਖਦੇ ਹਾਂ ਸੈਂਟੈਂਸ ਬੇਸਿਕਲੀ ਹੈਗੀ ਸੈਂਟੈਂਸ ਦੇ ਵਿੱਚ ਜਿਵੇਂ ਆਪਾਂ ਹੁਣੇ ਡਿਸਕਸ ਕੀਤਾ ਵੀ ਇੱਕ ਸੈਂਟੈਂਸ ਦੇ ਵਿੱਚ ਇੱਕ ਸਬਜੈਕਟ ਹੋਣਾ ਅਤੇ ਇੱਕ ਵਰਬ ਹੋਣਾ ਜ਼ਰੂਰੀ ਹੈ ਅਗਰ ਦੋਨਾਂ ਦੇ ਵਿੱਚੋਂ ਇੱਕ ਵੀ ਚੀਜ਼ ਮਿਸ ਹੁੰਦੀ ਹੈ ਤਾਂ ਸਾਡਾ ਸੈਂਟੈਂਸ ਕੀ ਹੋ ਜਾਂਦਾ ਹੈਗਾ ਇਨਕੋਰੈਕਟ ਹੋ ਜਾਂਦਾ ਇਟ ਮੀਨਸ ਸਾਡਾ ਸੈਂਟੈਂਸ ਆਪਣਾ ਮੀਨਿੰਗ ਕਨਵੇ ਨਹੀਂ ਕਰ ਪਾਉਂਦਾ ਦੋਨਾਂ ਦੇ ਵਿੱਚੋਂ ਇੱਕ ਚੀਜ਼ ਵੀ ਅਗਰ ਮਿਸ ਹੁੰਦੀ ਹੈ ਚਾਹੇ ਉਹ ਸਬਜੈਕਟ ਹੈ ਚਾਹੇ ਉਹ ਵਰਬ ਹੈ ਸੋ ਪਹਿਲਾਂ ਆਪਾਂ ਡਿਸਕਸ ਕਰਾਂਗੇ ਸਬਜੈਕਟ ਨੂੰ ਹੁਣ ਸਬਜੈਕਟ ਅਗਰ ਆਪਣੀ ਮਦਰ ਲੈਂਗੁਏਜ ਵਿੱਚ ਦੇਖੀਏ ਜਿਹੜੀ ਕਿ ਪੰਜਾਬੀ ਹੈ ਅਗਰ ਉਹ 'ਚ ਦੇਖੀਏ ਅਸੀਂ ਕਿਸੇ ਬਾਰੇ ਵੀ ਗੱਲ ਕਰਦੇ ਹਾਂ ਉਹਦੀ ਪੋਜੀਸ਼ਨ ਸਾਡੇ ਸੈਂਟੈਂਸ ਦੇ ਵਿੱਚ ਸਭ ਤੋਂ ਪਹਿਲਾਂ ਹੁੰਦੀ ਹੈ ਸੋ ਦਿਸ ਇਜ਼ ਦਾ ਕਾਮਨ ਥਿੰਗ ਬਿਟਵੀਨ ਇੰਗਲਿਸ਼ ਐਂਡ ਪੰਜਾਬੀ ਇੰਗਲਿਸ਼ ਦੇ ਵਿੱਚ ਵੀ ਜਿਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਉਹਦੀ ਪਲੇਸਮੈਂਟ ਸਭ ਤੋਂ ਪਹਿਲਾਂ ਰਾਈਟ ਐਟ ਦਾ ਸਟਾਰਟ ਆਫ ਦਾ ਸੈਂਟੈਂਸ ਅਸੀਂ ਉਸਨੂੰ ਪਲੇਸ ਕਰਦੇ ਹਾਂ ਫੋਰ ਐਗਜ਼ਾਮਪਲ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਆਈ ਆਲਵੇਜ਼ ਯੂਜ਼ ਆਏ ਇਟ ਮੀਨਸ ਆਈ ਐਮ ਅ ਸਬਜੈਕਟ ਰਾਈਟ ਸੋ ਆਈ ਅਸੀਂ ਯੂਜ਼ ਕਰਾਂਗੇ ਜਦੋਂ ਵੀ ਤੁਸੀਂ ਆਪਣੇ ਬਾਰੇ ਗੱਲ ਕਰਨੀ ਹੈ ਤੁਸੀਂ ਆਲਵੇਜ਼ ਯੂਜ਼ ਕਰਨਾ ਆਈ ਤੁਸੀਂ ਕੋਈ ਕੰਮ ਕਰਦੇ ਹੋ ਤੁਸੀਂ ਖੇਡਦੇ ਹੋ ਇਟ ਮੀਨਸ ਤੁਸੀਂ ਕਹਿਣਾ ਆਈ ਪਲੇ ਅਗਰ ਮੈਂ ਜਿਵੇਂ ਤੁਹਾਨੂੰ ਟੀਚ ਕਰ ਰਿਹਾ ਇਟ ਮੀਨਸ ਆਈ ਟੀਚ ਸੋ ਸਿਮੀਲਰਲੀ ਅਗਰ ਅਸੀਂ ਇਸ ਡਾਇਰੈਕਸ਼ਨ ਦੇ ਵਿੱਚ ਪਲੂਰਲ ਹੋ ਜੂਗਾ ਸਬਜੈਕਟ ਮੈਂ ਤੁਹਾਨੂੰ ਇਕੱਲਾ ਪੜ੍ਹਾ ਰਿਹਾ ਅਗਰ ਮੇਰੇ ਨਾਲ ਇੱਕ ਟੀਚਰ ਇੱਥੇ ਹੋਰ ਖੜਾ ਹੋਵੇ ਇਟ ਮੀਨਸ ਅਸੀਂ ਇੱਕ ਤੋਂ ਦੋ ਹੋ ਜਾਈਏ ਇੱਕ ਤੋਂ ਜ਼ਿਆਦਾ ਹੋ ਜਾਈਏ ਤਾਂ ਅਸੀਂ ਆਪਣੇ ਲਈ ਯੂਜ਼ ਕਰਾਂਗੇ ਆਪਣੇ ਆਪ ਨੂੰ ਐਡਰੈਸ ਕਰਨ ਲਈ ਯੂਜ਼ ਕਰਾਂਗੇ ਵੀ ਇਟ ਮੀਨਸ ਵੀ ਅਗਰ ਤੁਸੀਂ ਸਾਹਮਣੇ ਐਡਰੈਸ ਕਰ ਰਹੇ ਹੋ ਇੱਕ ਤੋਂ ਜ਼ਿਆਦਾ ਜਾਂ ਦੋ ਤੋਂ ਜ਼ਿਆਦਾ ਬੰਦੇ ਤੁਸੀਂ ਐਡਰੈਸ ਕਰ ਰਹੇ ਹੋ ਸਾਹਮਣੇ ਵਾਲਿਆਂ ਨੂੰ ਤੁਸੀਂ ਆਲਵੇਜ਼ ਆਪਣੇ ਲਈ ਯੂਜ਼ ਕਰੋਗੇ ਵੀ ਵੈਰੀ ਬੇਸਿਕ ਔਰ ਯੂ ਥਰਡਲੀ ਜਿਵੇਂ ਹੁਣ ਤੁਸੀਂ ਵੀਡੀਓ ਦੇਖ ਰਹੇ ਹੋ ਅਗਰ ਮੈਂ ਤੁਹਾਡੀ ਗੱਲ ਕਰਾਂ ਵੀ ਯੂ ਆਰ ਵਾਚਿੰਗ ਮਾਈ ਵੀਡੀਓ ਜਾਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤੁਸੀਂ ਦੇ ਲਈ ਜਾਂ ਤੂੰ ਦੇ ਲਈ ਆਲਵੇਜ਼ ਅਸੀਂ ਐਡਰੈਸ ਕਰਾਂਗੇ ਯੂ ਚਾਹੇ ਡਜ਼ਨਟ ਮੈਟਰ ਚਾਹੇ ਤੁਹਾਡੇ ਸਾਹਮਣੇ 10 ਬੰਦੇ ਬੈਠੇ ਹੋਣ ਚਾਹੇ ਇੱਕ ਜਣੇ ਨੂੰ ਐਡਰੈਸ ਕਰ ਰਹੇ ਹੋ ਤਾਂ ਚਾਹੇ ਤੁਸੀਂ ਇੱਕ ਤੋਂ ਜ਼ਿਆਦਾ ਨੂੰ ਐਡਰੈਸ ਕਰ ਰਹੇ ਹੋ ਯੂ ਆਲਵੇਜ਼ ਯੂਜ ਯੂ ਸਿਮੀਲਰਲੀ ਅਗਰ ਅਸੀਂ ਥਰਡ ਪਰਸਨ ਕਿਸੇ ਤੀਜੇ ਬੰਦੇ ਬਾਰੇ ਗੱਲ ਕਰ ਰਹੇ ਹਾਂ ਇੱਕ ਫਸਟ ਪਰਸਨ ਆਏ ਸੈਕਿੰਡ ਪਰਸਨ ਯੂ ਅਗਰ ਅਸੀਂ ਥਰਡ ਬੰਦੇ ਬਾਰੇ ਗੱਲ ਕਰ ਰਹੇ ਹਾਂ ਆਪਾਂ ਅਸੀਂ ਨੋਰਮਲੀ ਕਹਿੰਦੇ ਹਾਂ ਵੀ ਉਹ ਖੇਡਦਾ ਉਹ ਕੌਣ ਹੈ ਇਟ ਮੀਨਸ ਸਬਜੈਕਟ ਆ ਉਹਦੇ ਲਈ ਅਸੀਂ ਯੂਜ਼ ਕਰਾਂਗੇ ਹੀ
पर एक शर्त है, अगर वो सामने वाला बंदा जिहड़ा हैगा जिहदी असीं गल कर रहे हैं थर्ड परसन दी, वो लड़का है तो असीं यूज़ करांगे ही, अगर वो लड़की है दैन वी यूज़ शी ऑलवेज। इहदे विच जदों असीं अगे एडवांस यूज़ कर रहे हैं वैन वी स्पीक सम टाइम असीं मिसटेक्स कमिट करते हैं, वी ही या शी, सम टाइम साढ़े तो शी निकल जाता या सम टाइम साढ़े तो ही निकल जाता, सो वी नीड टू प्रैक्टिस दिस वन एज वैल, राइट। हुण सानू पता लग गया जदों असीं थर्ड परसन नूं अड्रैस करना है जिहड़ा कि खेड रहा जां उह पढ़ रहा उह जा रहा, उहदा मतलब उत्थे की है, एक चीज़ असीं अंडरसटैंड करनी है वी अगर वह लड़का है तां यूज़ करना ही, अगर वह लड़की है तां यूज़ करना शी। हुण अनदर थिंग, अगर दे ਉਹਦੇ ਲਈ ਅਸੀਂ ਯੂਜ਼ ਕਰਦੇ ਹਾਂ, ਹੁਣ ਹੋ ਸਕਦਾ ਜਿਹੜਾ ਥਰਡ ਪਰਸਨ ਹੈ ਜਿਹਦੇ ਬਾਰੇ ਜਿਨ੍ਹਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਇੱਕ ਤੋਂ ਜ਼ਿਆਦਾ ਨੇ, ਅਗਰ ਉਹ ਇੱਕ ਤੋਂ ਜ਼ਿਆਦਾ ਨੇ ਤਾਂ ਸਾਡਾ ਸਬਜੈਕਟ ਨਾ ਤਾਂ ਹੀ ਹੋਊਗਾ ਨਾ ਸ਼ੀ ਹੋਊਗਾ, ਚਾਹੇ ਉਹਨਾਂ ਦੇ ਲਈ ਸਾਡੇ ਕੋਲ ਸਬਜੈਕਟ ਕੀ ਆਊਗਾ, ਦੈਟ ਇਜ਼ ਦੇ, ਤਾਂ ਦੇ ਅਸੀਂ ਜਿਹੜਾ ਹੈਗਾ ਨੋਰਮਲੀ ਉਸਨੂੰ ਯੂਜ਼ ਕਰਾਂਗੇ। ਦੇ ਲਈ ਕੀ ਹੈ ਸ਼ਰਤ ਕੀ ਹੈ ਵੀ ਉਹ ਚਾਹੇ ਲੜਕੇ ਹੋਣ ਚਾਹੇ ਲੜਕੀ ਹੋਣ ਜਿੰਨੀਆਂ ਮਰਜ਼ੀ ਹੋਣ ਦੋਨਾਂ ਦੇ ਲਈ, ਵੈਦਰ ਡਜ਼ਨਟ ਮੈਟਰ ਵੈਦਰ ਦੇ ਆਰ ਮੇਲ ਔਰ ਫੀਮੇਲ, ਵੀ ਆਲਵੇਜ਼ ਯੂਜ਼ ਦੇ, ਰਾਈਟ, ਇੱਕ ਤੋਂ ਜ਼ਿਆਦਾ। ਹੁਣ ਸਾਨੂੰ ਇਹ ਸਮਝ ਆਈ ਹੈ ਵੀ ਅਸੀਂ ਅਗਰ ਪਰਸਨਸ ਦੀ ਗੱਲ ਕਰੀਏ, ਅਗਰ ਮੈਂ ਇਕੱਲਾ ਆਈ ਵਿਲ ਯੂਜ਼ ਆਏ, ਅਗਰ ਇਸ ਡਾਇਰੈਕਸ਼ਨ ਦੇ ਵਿੱਚ ਦੋ ਜਣੇ ਨੇ ਤਾਂ ਆਈ ਯੂਜ਼ ਵੀ, ਅਗਰ ਮੈਂ ਸਾਹਮਣੇ ਵਾਲ ਨੂੰ ਡਜ਼ਨਟ ਮੈਟਰ ਉਹ ਇਕੱਲਾ ਜਾਂ ਇੱਕ ਤੋਂ ਜ਼ਿਆਦਾ ਨੇ, ਵੀ ਆਲਵੇਜ਼ ਐਡਰੈਸ ਵਿਦ ਯੂ। ਥਰਡ ਪਰਸਨ ਉਹ ਲੜਕਾ ਜਾਂ ਲੜਕੀ ਆ ਉਹਦੇ ਲਈ ਅਸੀਂ ਯੂਜ਼ ਕਰਾਂਗੇ ਹੀ ਔਰ ਸ਼ੀ, ਇਟ ਡਿਪੈਂਡਸ, ਕਿਉਂਕਿ ਸਾਡੀ ਲੈਂਗੁਏਜ ਦੇ ਵਿੱਚ ਅਸੀਂ ਇੱਕੋ ਹੀ ਯੂਜ਼ ਕਰਦੇ ਹਾਂ ਵੀ ਉਹ ਖੇਡਦਾ ਜਾਂ ਉਹ ਖੇਡਦੀ ਹੈ, ਤਾਂ ਹੀ ਔਰ ਸ਼ੀ ਤੋਂ ਸਾਨੂੰ ਪਤਾ ਲੱਗੂਗਾ ਵੀ ਉਹ ਜੈਂਡਰ ਕੀ ਹੈ, ਵੈਦਰ ਹੀ ਇਜ਼ ਮੇਲ ਔਰ ਸ਼ੀ ਇਜ਼ ਫੀਮੇਲ, ਸੋ ਦਿਸ ਇਜ਼ ਆਵਰ ਸਬਜੈਕਟ। ਹੁਣ ਉਹ ਇੱਕ ਤੋਂ ਜ਼ਿਆਦਾ ਹੋ ਜਾਣਗੇ ਤਾਂ ਅਸੀਂ ਉਹਨਾਂ ਲਈ ਇੱਕੋ ਹੀ ਵਰਡ ਯੂਜ਼ ਕਰਾਂਗੇ ਦੇ, ਅਸੀਂ ਕਹਿਤਾ ਵੀ ਉਹ ਖੇਡ ਰਹੇ ਨੇ, ਦੇ ਆਰ ਪਲੇਇੰਗ, ਉਹ ਪੜ੍ਹ ਰਹੇ ਨੇ, ਦੇ ਆਰ ਸਟੱਡਿੰਗ, ਰਾਈਟ, ਇਨ ਦਿਸ ਮੈਨਰ। ਅਗਰ ਉਹ ਲੜਕੀ ਨੇ ਅਸੀਂ ਨੋਰਮਲੀ ਕਹਿੰਦੇ ਵੀ ਉਹ ਖੇਡ ਰਹੀਆਂ ਨੇ ਤਾਂ ਇਟ ਮੀਨਸ ਦੇ ਆਰ ਪਲੇਇੰਗ, ਸੋ ਇਨ ਦਿਸ। ਹੁਣ ਥਰਡ ਜਿਹੜਾ ਹੈਗਾ ਨੈਕਸਟ ਜਿਹੜਾ ਸਾਡੇ ਕੋਲ ਸਬਜੈਕਟ ਹੈ, ਦੈਟ ਇਜ਼ ਇਟ ਔਰ ਦਿਸ, ਅਸੀਂ ਕਹਿੰਦੇ ਹਾਂ ਵੀ ਇਹ ਬਹੁਤ ਵਧੀਆ ਮਾਰਕਰ ਆ, ਫੋਰ ਐਗਜ਼ਾਮਪਲ ਇਹ ਬੜਾ ਵਧੀਆ ਡਸਟਰ ਹੈ, ਹੁਣ ਇਹ ਡਸਟਰ ਜਿਹੜਾ ਹੈਗਾ ਦਿਸ ਇਜ਼ ਨੋਟ ਅ ਲਿਵਿੰਗ ਥਿੰਗ, ਤਾਂ ਇਹਦੇ ਲਈ ਆਲਵੇਜ਼ ਇਹਨੂੰ ਅਸੀਂ ਅਡਰੈਸ ਕਰਾਂਗੇ ਇਹ ਡਸਟਰ ਹੈ, ਇਟ ਮੀਨਸ ਇਟ ਇਜ਼ ਅ ਡਸਟਰ, ਜਾਂ ਅਸੀਂ ਯੂਜ਼ ਕਰਾਂਗੇ ਦਿਸ ਇਜ਼ ਅ ਡਸਟਰ। ਇਟ ਔਰ ਡਿਸ ਦੇ ਡਿਫਰੈਂਸ ਨੂੰ ਅਸੀਂ ਅੱਗੇ ਵੀ ਡਿਸਕਸ ਕਰਾਂਗੇ ਇਨ ਫਰਦਰ ਵੀਡੀਓਜ਼, ਬਟ ਰਾਈਟ ਇਹਦੇ ਲਈ ਅਸੀਂ ਯੂਜ਼ ਕਰਦੇ ਹਾਂ ਇਟ ਔਰ ਦਿਸ, ਇਹ ਬੜਾ ਵਧੀਆ ਮਾਰਕਰ ਹੈ, ਇਟ ਇਜ਼ ਅ ਵੈਰੀ ਗੁੱਡ ਮਾਰਕਰ, ਇਹ ਬੜਾ ਵਧੀਆ ਡਸਟਰ ਹੈ, ਇਟ ਇਜ਼ ਅ ਵੈਰੀ ਗੁੱਡ ਡਸਟਰ, ਸੋ ਇਟ ਮੀਨਸ ਇਟ, ਇਹਦੇ ਨਾਲ ਨਾ ਤਾਂ ਅਸੀਂ ਹੀ ਲਾਉਣਾ ਨਾ ਹੀ ਸ਼ੀ ਲਾਉਣਾ ਨਾ ਹੀ ਦੇ ਲਾਉਣਾ, ਸੋ ਦੀਜ਼ ਆਰ ਦਾ ਬੇਸਿਕ ਸਬਜੈਕਟਸ। ਹੁਣ ਉਸ ਤੋਂ ਬਾਅਦ ਅਸੀਂ ਫਰਦਰ ਮੂਵ ਕਰਦੇ ਹਾਂ, ਅਗਰ ਸਾਨੂੰ ਸਬਜੈਕਟ ਦਾ ਨਾਮ ਪਤਾ, ਮੈਂ ਗੱਲ ਕਰ ਰਿਹਾ ਮੈਂ ਲੈਪਟੋਪ ਦੀ ਗੱਲ ਕਰ ਰਿਹਾ, ਮੈਂ ਬੱਚਿਆਂ ਦੀ ਗੱਲ ਕਰ ਰਿਹਾ, ਮੈਂ ਲੋਕਾਂ ਦੀ ਗੱਲ ਕਰ ਰਿਹਾ, ਸਾਨੂੰ ਪਤਾ ਵੀ ਸਬਜੈਕਟ ਕੀ ਹੈ, ਲੋਕਾਂ ਦੀ ਗੱਲ ਕਰਦੇ ਹਾਂ, ਦੈਨ ਪੀਪਲ ਆਰ ਆਵਰ ਸਬਜੈਕਟ, ਅਗਰ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ ਦੈਨ ਚਿਲਡਰਨ ਆਰ ਆਵਰ ਸਬਜੈਕਟ, ਤਾਂ ਉਹਨਾਂ ਦੀ ਪਲੇਸਮੈਂਟ ਸਾਡੇ ਸੈਂਟੈਂਸ ਦੇ ਵਿੱਚ ਰਾਈਟ ਐਟ ਦਾ ਫਰੰਟ ਹੋਊਗੀ, ਰਾਈਟ ਐਟ ਦਾ ਸਟਾਰਟ ਹੋਊਗੀ। ਸਿਮੀਲਰਲੀ ਅਗਰ ਸਾਨੂੰ ਪਤਾ ਫੋਰ ਐਗਜ਼ਾਮਪਲ ਰਾਮ ਹੈ, ਸਾਨੂੰ ਉਹਦਾ ਨਾਮ ਪਤਾ ਵੀ ਉਹ ਕੌਣ ਹੈ, ਉਹ ਰਾਮ ਹੈ, ਦੈਨ ਰੈਦਰ ਦੈਨ ਯੂਜ਼ਿੰਗ ਹੀ ਵੀ ਯੂਜ਼ ਰਾਮ ਪਲੇਸ, ਉਹ ਖੇਡਦਾ, ਰਾਮ ਜਾਂਦਾ, ਰਾਮ ਗੋਜ਼, ਸੋ ਇਸ ਤਰੀਕੇ ਨਾਲ ਫਰਦਰ ਅਸੀਂ ਟੈਂਸਿਸ ਨੂੰ ਜੋ ਲਰਨ ਕਰਾਂਗੇ ਦੈਨ ਇਸ ਚੈੱਕ ਕਰਾਂਗੇ ਵੀ ਐੱਸ ਔਰ ਈ ਐੱਸ ਲੱਗਣਾ ਹੈ ਜਾਂ ਨਹੀਂ ਲੱਗਣਾ ਇਨ ਦਿਸ। ਸੋ ਇਨ ਦਿਸ ਵੀਡੀਓ ਅਸੀਂ ਲਰਨ ਕੀਤਾ ਵੀ ਸਬਜੈਕਟ ਬੇਸਿਕਲੀ ਹੈ ਕਿ ਸਬਜੈਕਟ ਜਿਹਦੇ ਨਾਲ ਜਿਹਦੇ ਬਾਰੇ ਵੀ ਅਸੀਂ ਗੱਲ ਕਰਨੀ ਹੈ, ਡਜ਼ਨਟ ਮੈਟਰ, ਅਗਰ ਮੈਂ ਲੈਪਟੋਪ ਦੀ ਗੱਲ ਕਰਾਂ ਤਾਂ ਲੈਪਟੋਪ ਇਜ਼ ਮਾਈ ਸਬਜੈਕਟ, ਅਗਰ ਮੈਂ ਆਪਣੀ ਗੱਲ ਕਰਾਂ ਆਈ ਐਮ ਦਾ ਸਬਜੈਕਟ, ਅਗਰ ਮੈਂ ਤੁਹਾਡੀ ਗੱਲ ਕਰਾਂ ਯੂ ਆਰ ਦਾ ਸਬਜੈਕਟ, ਅਗਰ ਇੱਕ ਤੋਂ ਜ਼ਿਆਦਾ ਅਸੀਂ ਇੱਧਰ ਖੜੇ ਹਾਂ ਵੀ ਆਰ ਦਾ ਸਬਜੈਕਟ, ਅਗਰ ਮੈਂ ਲਾਈਟਸ ਦੀ ਗੱਲ ਕਰਾਂ ਤਾਂ ਲਾਈਟ ਇਜ਼ ਆਵਰ ਸਬਜੈਕਟ, ਅਗਰ ਮੈਂ ਫੈਨ ਦੀ ਗੱਲ ਕਰਾਂ ਦੈਨ ਫੈਨ ਇਜ਼ ਆਵਰ ਸਬਜੈਕਟ। ਸੋ ਇਸ ਤਰੀਕੇ ਨਾਲ ਪਹਿਲਾ ਵਰਡ ਅਸੀਂ ਲਰਨ ਕਰ ਲਿਆ, ਜਿੱਥੋਂ ਅਸੀਂ ਸਟਾਰਟ ਕਰਨਾ ਉਸ ਦੇ ਲਈ ਅਸੀਂ ਆਪਣਾ ਜਿਹੜਾ ਹੈਗਾ ਸਬਜੈਕਟ ਪਲੇਸ ਕਰਦੇ ਹਾਂ। ਫੋਰ ਐਗਜ਼ਾਮਪਲ ਨੈਕਸਟ ਫਰਦਰ ਅਗਰ ਅਸੀਂ ਗਵਰਮੈਂਟ ਦੀ ਗੱਲ ਕਰੀਏ ਦੈਨ ਗਵਰਮੈਂਟ ਇਜ਼ ਆਵਰ ਸਬਜੈਕਟ, ਅਗਰ ਅਸੀਂ ਕਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਕਰੋਨਾ ਵਾਇਰਸ ਇਜ਼ ਆਵਰ ਸਬਜੈਕਟ। ਸੋ ਬੇਸਿਕਲੀ ਵੀ ਨੀਡ ਟੂ ਅੰਡਰਸਟੈਂਡ ਵੀ ਪਹਿਲਾ ਵਰਡ ਜਿੱਥੋਂ ਅਸੀਂ ਸੈਂਟੈਂਸ ਨੂੰ ਸਟਾਰਟ ਕਰਨਾ ਉਸਨੂੰ ਅਸੀਂ ਕਿਸ ਤਰੀਕੇ ਨਾਲ ਪਲੇਸ ਕਰਨਾ ਆਪਣੇ ਸੈਂਟੈਂਸ ਦੇ ਵਿੱਚ। ਹੁਣ ਸੈਂਟੈਂਸ ਅਗਰ ਮੈਂ ਗੱਲ ਕਰਾਂ, ਸਬਜੈਕਟ ਬੇਸਿਕਲੀ ਦੋ ਤਰੀਕੇ ਦੇ ਹੋ ਸਕਦੇ ਨੇ, ਉਹਦੇ ਉੱਤੇ ਡਿਪੈਂਡ ਕਰਦਾ, ਓਨਲੀ ਦੇਰ ਆਰ ਟੂ ਟਾਈਪ ਆਫ ਸਬਜੈਕਟਸ, ਜਾਂ ਤਾਂ ਉਹ ਸਿੰਗੂਲਰ ਹੋ ਸਕਦਾ ਜਾਂ ਉਹ ਪਲੂਰਲ ਹੋ ਸਕਦਾ। ਅਗਰ ਸਬਜੈਕਟ ਸਿੰਗੂਲਰ ਹੈ ਤਾਂ ਸਾਡਾ ਜਿਹੜਾ ਵਰਬ ਹੈ ਉਹਦੇ ਉੱਤੇ ਡਿਪੈਂਡ ਕਰੂਗਾ ਵੀ ਉਹਦੇ ਵਿੱਚ ਕੁਝ ਚੇਂਜਿਸ ਜਿਹੜੇ ਆਉਣਗੇ, ਅਸੀਂ ਸਿੰਗੂਲਰ ਵਰਬ ਯੂਜ਼ ਕਰਾਂਗੇ ਜਾਂ ਪਲੂਰਲ ਵਰਬ ਯੂਜ਼ ਕਰਾਂਗੇ। ਸਿਮੀਲਰ ਸਾਡਾ ਅਗਰ ਸੈਂਟੈਂਸ ਸਬਜੈਕਟ ਪਲੂਰਲ ਹੈ ਤਾਂ ਉਹਦੇ ਅਕੋਰਡਿੰਗ ਹੀ ਸਾਡੀ ਵਰਬ ਨੂੰ ਅਸੀਂ ਪਿੱਕ ਕਰਾਂਗੇ ਵੀ ਅਸੀਂ ਸਿੰਗੂਲਰ ਕਰਨੀ ਹੈ ਜਾਂ ਅਸੀਂ ਪਲੂਰਲ ਵਰਬ ਨੂੰ ਮੈਨਸ਼ਨ ਕਰਨਾ ਆਪਣੇ ਉਸ ਲੈਕਚਰ ਦੇ ਵਿੱਚ। ਹੁਣ ਅਸੀਂ ਦੇਖਦੇ ਹਾਂ, ਸੋ ਆਈ ਹੋਪ ਯੂ ਆਲ ਅੰਡਰਸਟੈਂਡ ਦੈਟ ਵਾਟ ਇਜ਼ ਸਬਜੈਕਟ।
So now we will move further and I will describe what do you mean by verb. Basically a second चीज और बड़ी confusing है sometime, क्योंकि इहदे विच helping verb और main verb we need to understand. ठीक है, सो नैक्सट जिहड़ा हैगा नैक्सट सैशन दे विच आपां गल करांगे वर्ब दी. सो लैट्स मूव फॉरवर्ड फॉर वर्ब. सो आफ्टर लर्निंग द सब्जेक्ट, नाउ हुण असीं लर्न करांगे भी सैकेंड टर्म जिहड़ी कि सैकेंड इंपॉर्टेंट टर्म है साडे सेंटेंस दे विच, दिस इज़ अ वर्ब. वर्ब नूं अंडरस्टैंड करना साडे लई बहुत ज़्यादा जरूरी है, क्योंकि इहदी भी मिसप्लेसमेंट साडे सेंटेंस नूं स्पॉयल कर सकदी है, खत्म कर सकदी है. और यूजली बच्चों नूं प्रॉब्लम बेसिकली वर्ब दे विच आउंदी है, दे डू नॉट रिकोगनाइज द वर्ब, द फंक्शन ऑफ द वर्ब. सो फर्स्ट ऑफ ऑल लैट्स लुक इहदा फंक्शन की है सेंटेंस दे विच और वर्ब दा परपज की हुंदा. वर्ब्स ऑलवेज ऑलवेज डिस्क्राइब एक्शन और स्टेट ऑफ बीइंग, दोनों के विचों. जब तो असं किसी मूवमेंट होवे एक्शन के होवे, उस एक्शन को डिस्क्राइब करने जोड़ा असं वर्ब वर्ड यूज करा, दैट इज़ अवर वर्ब. हम समटाइम असं इदा के सेंटेंसिस भी बनाने जिद एक्शन कोई भी नहीं हों, तो उन्होंने असं कहने दैट इज़ उस टाइम यह की डिस्क्राइब करती है स्टेट ऑफ बी. इट मीनस सेंटेंस के सबजैक्ट तो वर्ब होना जरूरी है, चाहे एक्शन होवे चाहे ना हो. सो इस वीडियो के सिंपली लर्न करा एट फर्स्ट अबाउट एक्शन, स्टेट ऑफ बीइंग बारे आप नैक्सट वीडियो के डिटेल इस डिस्कस करा. सो हुण सानू बेसिकली ये अंडरस्टैंड करना भी एक्शन है की है. एक्शन वो चीज़ है दैट इज़ द मूवमेंट ऑफ समथिंग. कोई भी चीज़ मूव होंगी है, कोई भी चीज़ हिलती है, जरा थोड़ा जहा भी हिलती है, तो इट मीनस वी कैन से दैट इज़ एक्शन टेक्स प्लेस. ओके, हुण नैक्सट साडी मदर लैंगुएज भी असं जो देखते हैं अपनी डेली लाइफ के बहुत सारे एक्शन असी करते हैं, बहुत सारे एक्शन असी करते हैं, जिमें असी खाने पीने भजते हैं तुरते हैं देखते हैं, बड़े एक्शन असी डेली बेसिस दे करते हैं. सवेरे उठते हैं, उठना एक एक्शन हो गया, जाना असी जाने जाना एक एक्शन हो गया. सो सिमिलरली इन्हां नूं इंग्लिश दे विच की कहिंदे ने, ओ वर्ड जिहड़े डिस्क्राइब करनगे दोज आर कॉल्ड वर्ब्स. हुण असी देखिए भी एक्शन, फॉर एग्जाम्पल जिवें असी कहा रन, असी भज रहे हैं तो इट मीनस उसनों कहता असी रन, उस एक्शन को डिस्क्राइब करने लिए. असी तुरते हैं तो उसनों डिस्क्राइब करने लिए वॉक. मैं बोल रहा इट मीनस स्पीक. असी खाने हैं तो इट मीनस ईट. असी देखते हैं तो वॉच. असी सौंदे हैं तो स्लीप. सो इस तरीके ना ये एक्शन असी ऑलमोस्ट डेली बेसिस के उपर करते हैं. हुण साडी मदर लैंगुएज दे विच इन्हां की कहिंदे, फॉर एग्जाम्पल रन भजना, वॉक तुरना, स्पीक बोलना, ईट खाना, वॉच देखना, एंड स्लीप सौना. सो इन्ना एक्शन. हुण असीं एक इंट्रस्टिंग थिंग इस नोट करांगे भी इसी सेंटेंस दे विच किवें रिकोगनाइज करांगे भी वैदर ये वर्ब है जां इस नूं असीं सब्जेक्ट है. क्लीयर, तो उहदे लई एक चीज़ इंट्रस्टिंग देखो साडी मदर लैंगुएज दे जिहड़ी सानूं हैल्प करदी है इस नूं सिखण दे लई. देखो सौना, देखना, खाना, बोलना, तुरना, भजना. हुण इन्ह सारे वर्ड्स दे विच एक चीज़ बड़ी कॉमन है भी इन्ह का जिहड़ा एंडिंग हो रही है दैट इज़ नाणा जां नन्ने दे नाल. इट मीनस मोस्ट ऑफ द पंजाबी वर्ड्स, मोस्ट ऑफ द साडी लैंगुएज जिहड़े वर्ड ने जिन्हां दे नाल नाणा जां नन्ने करना लगता है जां नाणा लगता है जां नन्ना लगता है, तो इट मीनस वो की ने बेसिकली वर्ब्स ने, वो एक्शनस नूं डिस्क्राइब करते हैं. रिमैंबर देर आर एक्सैप्शनस, नॉट एवरी वर्ड जिहड़ा हैगा असीं कह सकदे भी नाने तो खत्म होगा जां नन्ने तो, बट 90 मोर दैन 90% वर्ड्स दोज आर वर्ब्स. राइट, हुण जदों असीं इस नूं लिखिया तां इहदी प्लेसमेंट, हुण असीं पहलां सबजैक्ट लर्न कीता सी, सानूं वर्ब दा पता लग गया भी एक्शन की हुंदा साडी मदर लैंग्वेज. हुण अगर मैं कहां आई ईट, सो आई की हो गया सबजैक्ट, मैं अपनी गल कर रहा, ईट मीनस एक्शन दैट इज़ खाना. सो वी कैन प्लेस दोज वर्ड्स लाइक दिस, आई रन डायरेक्टली, आई इज़ द सबजैक्ट एंड रन इज़ द वर्ब. सो सिमिलरली अपनी मदर लैंग्वेज असी किवें बोलते हैं, मैं खाना तो इट मीनस असी कहता जिहड़ा हैगा आई ईट. सिमिलर मैं भजदा, आई रन, मैं भजदा. राइट, इन दिस मैनर. सिमिलरली असी देखिए आई वॉक, मैं तुरदा, आई स्पीक मैं बोलदा, आई ईट मैं खाँदा, आई वॉच मैं देखदा, आई स्लीप मैं सौंदा, आई डू मैं करदा, आई प्ले मैं खेलदा. हुण देखिया भी साडी मदर लैंग्वेज और इंग्लिश लैंग्वेज दोनों पैरल चलदियां ने. पहली पोजिशन जिहड़ी हैगी साडी लैंग्वेज दे विच असी नॉर्मली कहता सबजैक्ट, इन्हां दी प्लेसमेंट बिल्कुल सेम है. राइट, सिमिलरली वर्ब, पर जो असी अगे अगे प्रोसीड करांगे तो इन्हां दी जिहड़ी कि शिफ्टिंग होगी, वी नीड टू अंडरसटैंड बैटर सेंटेंसिस. आई होप यू अंडरसटैंड द मीनिंग ऑफ वर्ब.
हुण actions ने सानू एक basic structure build करना आ गया इस lecture तो बाद, you can learn भी subject ऐसी कीदी गल करदे हैं और उस तो बाद वो action की करना गया, so we know in this lecture subject plus verb and this is the basic, this is the foundation of a sentence. अगर सानू ये दो चीज़ समझ आ गई हैं then बाकी दे sentences ऐसी बड़े easily build up कर सकते हैं जेडिये के तुसी next videos दे विच देखोंगे, बड़ी easily we can do or we can learn these type of sentences. So I hope you like this video. If you like this video then please subscribe my channel for my further videos and please like and comment on this one. Thank you from my side.